ਨਾ ਬੇਟੇ ਕੀ ਕਰੀਏ ਨਾ ਮੈਂ ਜਲੰਧਰ ਦਾ ਪੀਏਪੀ ਫਲਾਈਓਵਰ ਸ਼ੁਰੂ ਤੋਂ ਹੀ ਵਿਵਾਦਾਂ ਵਿਚ ਰਿਹਾ ਤੇ ਕਦੇ ਆਪਣੇ ਡਿਜ਼ਾਈਨ ਦੇ ਚੱਲਦਿਆਂ ਤਾਂ ਕਦੇ ਰੋਡ ਜਾਮ ਕਰਨ ਨੂੰ ਲੈ ਕੇ, ਪਰ ਹੁਣ ਇਸ ਦੇ ਨਾਲ ਇੱਕ ਹੋਰ ਨਵਾਂ ਵਿਵਾਦ ਜੁੜ ਗਿਆ। ਦਰਅਸਲ ਬੀਤੇ ਦਿਨੀ ਇਸ ਦੀ ਇੱਕ ਸੜਕ ਬੰਦ ਕਰਨ ਦੇ ਮਾਮਲੇ ਚ ਜਲੰਧਰ ਦੇ ਇੱਕ ਵਿਧਾਇਕ ਨੇ ਹਾਈਵੇ ਜਾਮ ਕਰ ਦਿੱਤਾ ਸੀ, ਜਿਸ ਦੀ ਸ਼ਿਕਾਇਤ ਮਨੁੱਖੀ ਅਧਿਕਾਰ ਸੰਗਠਨ ਨੇ ਜਲੰਧਰ ਪੁਲਿਸ ਨੂੰ ਕਰ ਦਿੱਤੀ ਹੈ ਤੇ ਹੁਣ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ ਹੈ। ਮਨੁੱਖੀ ਅਧਿਕਾਰ ਸੰਗਠਨ ਦੇ ਸ਼ਸ਼ੀ ਸ਼ਰਮਾ ਨੇ ਕਿਹਾ ਕਿ ਵੀਰਵਾਰ ਨੂੰ ਅਖਬਾਰਾਂ ਦੇ ਵਿਚ ਹਾਈਵੇ ਜਾਮ ਕਰਨ ਦੀਆਂ ਖਬਰਾਂ ਛਪੀਆਂ ਸੀ। ਹਰ ਫੋਟੋ ਦੇ ਵਿਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਵਿਧਾਇਕ ਬੇਰੀ ਹੀ ਧਰਨੇ ਦੀ ਅਗਵਾਈ ਕਰ ਰਹੇ ਨੇ। ਟ੍ਰੈਫਿਕ ਜਾਮ ਹੋਣ ਨੂੰ ਲੈ ਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਮ ਦੇ ਵਿਚ ਐਂਬੂਲੈਂਸ ਵੀ ਫਸ ਰਹੀ, ਇਸ ਲਈ ਬੰਦ ਦੀ ਕਾਰਵਾਈ ਤਾਂ ਜ਼ਰੂਰ ਹੋਣੀ ਚਾਹੀਦੀ ਹੈ। ਮੈਂ ਆਪਣੀ ਦਰਖਾਸਤ ਵਿਚ ਲਿਖਿਆ ਜੀ ਕਿ ਪ੍ਰਸ਼ਾਸਨ ਨੂੰ ਇਹਦੀ ਐਫਆਈਆਰ ਕਰਨੀ ਚਾਹੀਦੀ ਸੀ, ਇਹਨੂੰ ਰੋਕਣਾ ਚਾਹੀਦਾ ਸੀ। ਇਹਨੇ ਉੱਥੇ ਟੈਂਟ ਲਾਇਆ, ਕਿਆ ਪੀਏਪੀ ਚੌਂਕ 'ਚ ਪੁਲਿਸ ਮੌਜੂਦ ਨਹੀਂ ਹੁੰਦੀ? ਉਹਨਾਂ ਨੂੰ ਪਤਾ ਨਹੀਂ ਸੀ ਟੈਂਟ ਕਿਉਂ ਲੱਗ ਰਿਹਾ, ਕਿਸ ਦੀ ਪਰਮਿਸ਼ਨ ਨਾਲ ਲੱਗ ਰਿਹਾ? ਜੇ ਬਿਨਾਂ ਪਰਮਿਸ਼ਨ ਲੱਗ ਰਿਹਾ ਸੀ ਤਾਂ ਰੋਕ ਲੈਂਦੇ। ਜਦੋਂ ਇੰਨੇ ਲੋਕ ਇਕੱਠੇ ਹੋ ਰਹੇ ਸੀ ਉਹਨਾਂ ਨੂੰ ਰੋਕਦੇ। ਪ੍ਰਸ਼ਾਸਨ ਦਾ ਵੀ ਕਿਤੇ ਨਾ ਕਿਤੇ ਫੇਲੀਅਰ ਹੈ ਇਹ 'ਚ। ਪ੍ਰਸ਼ਾਸਨ ਨੇ ਵੀ ਆਪਣਾ ਰੋਲ ਪਲੇਅ ਨਹੀਂ ਕੀਤਾ, ਇੱਕ MLA ਦੇ ਦਬਾਅ 'ਚ ਰਹੇ ਆ, ਉਹਦੇ ਦਬਾਅ 'ਚ ਹੀ ਸਾਰਾ ਕੁਛ ਹੋਇਆ। ਹੁਣ ਤੱਕ FIR ਨਾ ਹੋਣਾ, ਇਹ ਪ੍ਰਸ਼ਾਸਨ ਦੀ ਔਰ ਬੇਦੀ ਦੀ ਮਿਲੀ ਭੁਗਤੀ ਦਿਖਦੀ ਹੈ। ਟਾਈਮ ਬਾਉਂਡ ਮੈਂ ਕੋਈ ਧਮਕੀ ਨਹੀਂ ਦੇਣੀ ਜੀ, ਮੈਂ ਕੋਈ ਧਰਨਾ ਨਹੀਂ ਲਾਉਣਾ ਵੀ ਮੈਂ ਟਾਈਮ ਬਾਉਂਡ ਕਰਾਂ। ਮੈਂ ਤਾਂ ਰਿਕੁਐਸਟ ਕੀਤੀ ਹੈ ਪੁਲਿਸ ਅਫਸਰਾਂ ਸਾਹਿਬਾਨ ਦੇ ਅੱਗੇ, ਉਹਦੀ ਮੈਂ ਵੇਟ ਕਰੂੰਗਾ। ਮਾਨਯੋਗ ਹਾਈਕੋਰਟ ਦੇ ਅੱਗੇ ਵੀ ਮੈਂ ਦਰਖਾਸਤ ਭੇਜੀ ਹੈ। ਇਹਨਾਂ ਦੀਆਂ 160 ਕੁ ਫੋਟੋਆਂ ਜਿਹੜੀਆਂ ਕੱਲ੍ਹ ਦੀਆਂ ਮੈਂ ਇਕੱਠੀਆਂ ਕੀਤੀਆਂ, ਵੱਖ ਵੱਖ ਐਂਗਲਾਂ ਤੋਂ ਖਿੱਚੀਆਂ ਹੋਈਆਂ, ਪੱਤਰਕਾਰਾਂ ਤੋਂ, ਦੂਜੇ ਲੋਕਾਂ ਤੋਂ, ਪਰੇਸ਼ਾਨ ਲੋਕਾਂ ਦੀਆਂ ਵੀਡੀਓ, ਕੁਛ ਰੋਂਦੀਆਂ ਜਨਾਨੀਆਂ ਦੀ ਵੀਡੀਓ। ਇੱਕ ਬੱਚਾ ਗੱਡੀ 'ਚ ਬੈਠਾ, ਉਹਦੇ ਲਈ ਦੁੱਧ ਹੈਨੀ ਸੀ, ਉਹ ਕਹਿੰਦੀ ਸਾਨੂੰ ਤਾਂ ਜਾ ਲੈਣ ਦਿਓ। ਨਹੀਂ, ਕਿਸੇ ਨੂੰ ਨਹੀਂ ਜਾਣ ਦੇਣਾ ਇਹਨਾਂ ਨੇ, ਜਦ ਤੱਕ ਇਹਨਾਂ ਦਾ ਫੋਟੋ ਸੈਸ਼ਨ ਪੂਰਾ ਨਾ ਹੋ ਜੇ। ਫੋਟੋ ਸੈਸ਼ਨ ਕਰਨ ਦੇ ਚੱਕਰ ਦੇ ਵਿੱਚ ਪੁਲ 'ਤੇ ਚੜ੍ਹੇ ਆ ਅਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਇਹਨਾਂ ਨੇ। ਇਹਨਾਂ ਦਾ ਮਸਲਾ ਹੱਲ ਕਰਾਉਣਾ ਕੋਈ ਮਕਸਦ ਨਹੀਂ ਸੀ। ਕੁਛ ਗੱਲਾਂ ਪਹਿਲਾਂ ਹੀ ਤੈਅ ਹੁੰਦੀਆਂ, ਸਰਕਾਰ ਦੀ ਪੱਤਰਚਾਰ ਤਾਂ ਚੱਲਦੀ ਹੁੰਦੀ ਹੈ, ਗੱਲਬਾਤ ਤੈਅ ਹੁੰਦੀ ਹੈ ਵੀ ਕਿ ਫਲਾਣੀ ਤਰੀਕ ਨੂੰ ਮੀਟਿੰਗ ਹੋਏਗੀ, ਉਹ 'ਚ ਆ ਗੱਲ ਹੋ ਜਾਏਗੀ। ਕਿਆ ਇਹਨਾਂ ਨੂੰ ਪਤਾ ਨਹੀਂ ਉਹ ਪੁਲ ਕਿਹਨੇ ਬਣਾਇਆ ਅਤੇ ਕਿਹਨੇ ਸੈਟਲ ਕਰਨਾ? ਉਹਨਾਂ ਲੋਕਾਂ ਨੇ ਕਰਨਾ ਸੀ ਜਿਹਨਾਂ ਦਾ ਰਾਹ ਰੋਕਿਆ। ਅਗਰ ਸੈਟਲ ਕਰਨਾ ਇਹਨਾਂ ਚਾਰਸੀ ਵਾਲਿਆਂ ਨੇ ਸੀਗਾ ਤਾਂ ਉਹਨਾਂ ਦੇ ਦਫ਼ਤਰ ਜਾਂਦੇ ਨਾ, ਉੱਥੇ ਸੀਗੇ ਉਹ। ਉਹਨਾਂ ਕਾਰਾਂ 'ਚ ਤਾਂ ਉਹ ਬੰਦੇ ਬੈਠੇ ਸੀ ਜਿਹੜੇ ਕਿਸੇ ਦਾ ਹਾਲ ਪੁੱਛਣ ਜਾ ਰਹੇ ਸੀ, ਕਿਸੇ ਦੀ ਮਰਗ 'ਤੇ ਜਾ ਰਿਹਾ ਸੀ, ਕੋਈ ਦਵਾਈ ਲੈਣ ਜਾ ਰਿਹਾ ਸੀ। ਉਹਨਾਂ ਨੂੰ ਪਰੇਸ਼ਾਨ ਕੀਤਾ ਇਹਨਾਂ ਨੇ, ਉਹਨਾਂ ਨੂੰ ਕਹਿਣ ਗਏ ਸੀਗੇ ਵੀ ਪੁਲ ਠੀਕ ਕਰੋ। ਜਿਹਨਾਂ ਨੇ ਪੁਲ ਠੀਕ ਕਰਨਾ ਉਹਨਾਂ ਦੇ ਘਰ ਜਾਂਦੇ। ਪੂਰੇ ਮਾਮਲੇ ਦੇ ਵਿੱਚ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ ਦਾ ਕਹਿਣਾ ਹੈ ਕਿ ਉਹਨਾਂ ਨੇ ਉੱਥੇ ਜਾਮ ਨਹੀਂ ਲਗਾਇਆ, ਸਗੋਂ ਉਹ ਉੱਥੇ ਜਾ ਕੇ ਲੋਕਾਂ ਨੂੰ ਧਰਨੇ ਤੋਂ ਹਟਾ ਰਹੇ ਸੀ। ਜਿਹੜਾ ਅਸੀਂ ਧਰਨਾ ਲਾਇਆ ਸੀ, ਇੱਕ ਸਾਈਡ 'ਤੇ ਲਾਇਆ ਸੀ, ਲੋਕ ਆਉਣ ਜਾਣ ਦੇ ਵਿੱਚ ਲੋਕਾਂ ਨੇ ਬਹੁਤ ਮੁਸੀਬਤ ਸੀਗੀ ਔਰ ਲੋਕ ਬੜੇ ਪਰੇਸ਼ਾਨ ਸੀ ਨੈਸ਼ਨਲ ਹਾਈਵੇ ਤੋਂ। ਉਹਦੇ ਅਗੇਂਸਟ ਅਸੀਂ ਪਹਿਲਾਂ 2-3 ਵਾਰੀ ਉਹਨਾਂ ਨੂੰ ਰਿਟਰਨ ਵੀ ਦਿੱਤਾ, DC ਸਾਹਿਬ ਨਾਲ ਵੀ ਮੀਟਿੰਗ ਕੀਤੀ ਹੈ ਔਰ ਲੋਕਾਂ ਦੀ ਪਰੇਸ਼ਾਨੀ ਕਰਕੇ ਅਸੀਂ ਇੱਕ ਸਾਈਡ 'ਤੇ ਧਰਨਾ ਲਾਇਆ ਸੀਗਾ। ਲੇਕਿਨ ਕੁਛ ਵਿਅਕਤੀਆਂ ਨੇ ਜਾ ਕੇ ਨੈਸ਼ਨਲ ਹਾਈਵੇ ਦੇ ਉੱਪਰ ਬੈਠੇ ਆ, ਮੈਂ ਉਹਨਾਂ ਨੂੰ ਸਮਝਾ ਕੇ ਵਾਪਸ ਲੈ ਕੇ ਆਇਆ ਜਿੱਥੇ ਅਸੀਂ ਸਾਈਡ 'ਤੇ ਧਰਨਾ ਲਾਇਆ ਉੱਥੇ ਵਾਪਸ ਲੈ ਕੇ ਆਇਆ। ਸ਼ਸ਼ੀ ਸ਼ਰਮਾ ਦਾ ਕਹਿਣਾ ਹੈਗਾ ਵੀ ਐਂਬੂਲੈਂਸ ਤੇ ਹੋਰ ਜਿਹੜੀ ਆਮ ਪਬਲਿਕ ਸੀਗੀ ਉਹਨਾਂ ਨੂੰ ਕਾਫੀ ਹਰਾਸ਼ਮੈਂਟ ਹੋਈ ਉਹਨਾਂ ਨੂੰ। ਮੈਂ ਤਾਂ ਜਿਹੜੇ ਵੀ ਧਰਨਾ ਲਾਉਣ ਵਾਲੇ ਸੀਗੇ ਉਹਨਾਂ ਨੂੰ ਸਾਈਡ 'ਤੇ ਲੈ ਕੇ ਆਇਆ ਕਿ ਕਿਸੇ ਨੂੰ ਕੋਈ ਇੱਦਾਂ ਦੀ ਪਰੇਸ਼ਾਨੀ ਨਾ ਹੋਵੇ। ਅਸੀਂ ਇੱਕ ਸਾਈਡ 'ਤੇ ਟੈਂਟ ਲਗਾ ਕੇ ਬੈਠੇ ਸੀਗੇ, ਨੈਸ਼ਨਲ ਹਾਈਵੇ 'ਤੇ ਨਹੀਂ, ਇੱਕ ਸਾਈਡ 'ਤੇ ਲਗਾ ਕੇ ਬੈਠੇ ਸੀ ਔਰ ਉੱਥੇ ਬੈਠੇ। ਹਾਲਾਂਕਿ ਰਜਿੰਦਰ ਬੇਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਧਰਨਾ ਹਟਾਇਆ ਗਿਆ ਸੀ, ਪਰ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਨੇ। ਜੀ ਹਾਂ, ਇੱਕ ਵਾਰ ਤੁਸੀਂ ਵੇਖ ਲਓ ਇਸ ਧਰਨੇ ਦੀਆਂ ਇਹ ਕੁਝ ਤਸਵੀਰਾਂ। ਖੈਰ, ਹੁਣ ਦੇਖਣਾ ਹੋਵੇਗਾ ਕਿ ਹਾਈਵੇ ਜਾਮ ਕਰਨ ਦੇ ਮਾਮਲੇ ਦੇ ਵਿੱਚ ਵਿਧਾਇਕ ਉੱਤੇ ਜਲੰਧਰ ਪੁਲਿਸ ਕੇਸ ਦਰਜ ਕਰੇਗੀ ਜਾਂ ਫਿਰ ਪੁਲਿਸ ਸੱਤਾਧਾਰੀ ਪਾਰਟੀ ਦੇ ਵਿਧਾਇਕ ਦੇ ਦਬਾਅ ਵਿੱਚ ਆ ਕੇ ਇਸ ਮਾਮਲੇ ਨੂੰ ਦਫਾ ਦਫਾ ਕਰ ਦੇਵੇਗੀ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।